सत श्री अकाल, देश विदेश टीवी देख रहे दर्शकों का स्वागत है। आओ देखते हैं अज दियां मुख खबरां। पिंड लूलवाई की एक लड़की की भेतभरी हालत में मौत होने की खबर है। लड़की के मापिया ने दोष लाया है कि उसके सहुरिया ने उस कुड़ी का कतल किया है, जबकि पुलिस इस मामले की जांच कर रही है। पेश है इस संबंधी साडे पत्रकार कुलदीप सिंह की जशपाल के नाल विशेष रिपोर्ट। हाँ जी, की नाम है जी अपना? कृष्ण कुमार जी। की मसला की है जी? मसला ये गुड्डी पहला जी 17 मई को बहुत ज़्यादा कुट के अंदर सीटी भी सी, इहदा फोन बंद किया गया सी। असी पंचायत तौर से गए थे कि जिन्होंने इन्हें सानू घरें वड़न तो रोकता, पंचायत ने इन्हों घरों कड़ता सी, गाली गलोच करते सी। उस तो बाद साढ़े घर ब्याह से उदो गुड्डी आई है, ये बार बार यही गल्लां कहिंदी रही है कि मैनू ना भेजो ये मार देणगे। पर हुण दो बच्चे सी, मैं दिहाड़ी वाला बंदा रख के की करदा इहनू। उस तो बाद हुण अज सानू तक सुबह किसी तो पता लगे भी इन्हां ने गुड्डी थोड़ी मारती है भाई, तो कुड़ी थोड़ी उत्ते, सानू तक गांह दियां पता लगे, सानू कोई मैसेज नहीं आया। अभी तो सुबह इतने 10 बजे के हस्पताल जो देखा डेड बॉडी सानू गुड्डी लाल बाई जी विजेंद्र सिंह सन ऑफ सुखदेव सिंह सिंगल। ਕਿੰਨੇ ਚਿਰ ਹੋ ਗਿਆ ਵਿਆਹ ਕੀਤੇ ਨੂੰ? 8 ਸਾਲ ਹੋ ਗਏ ਜੀ ਵਿਆਹ ਕੀਤੇ ਨੂੰ। ਬੱਚੇ ਵਗੈਰਾ ਜੀ? ਬੱਚੇ ਇੱਕ 5 ਸਾਲ ਦੀ ਗੁੱਡੀ ਹੈ ਜੀ, 2 ਸਾਲ ਦਾ ਕਾਕਾ ਹੈ। ਹੈਲਥ ਡਿਪਾਰਟਮੈਂਟ ਸਰਵਿਸ ਕਰਦੀ ਸੀ ਗੁੱਡੀ, ANM ਦੀ ਪੋਸਟ ਸੀ ਆਪਣੇ ਘੁਮਿਆਰਾ ਜ਼ਿਲ੍ਹਾ ਮੁਕਤਸਰ। ਕੀ ਮੰਗ ਕਰਦੇ ਹੋ ਤੁਸੀਂ ਹੁਣ? ਮੰਗ ਕਰਦੇ ਇਨਸਾਫ ਮਿਲਣਾ ਚਾਹੀਦਾ ਸਾਨੂੰ, ਜੋ ਸਾਡੀ ਗੁੱਡੀ ਨਾਲ ਮਾੜੀ ਘਟਨਾ ਹੋਈ ਹੈ ਉਹਦੇ ਨਾਲ। ਸਰਪੰਚ ਪਿੰਡ ਬੰਡੂਆਣਾ ਜ਼ਿਲ੍ਹਾ ਬਠਿੰਡਾ, ਜੋ ਸਾਡੇ ਕ੍ਰਿਸ਼ਨ ਕੁਮਾਰ ਦੀ ਬੇਟੀ ਪਿੰਡ ਲਾਲਵੇ ਵਿਆਹ ਸੀ। ਕਈ ਸਾਲਾਂ ਤੋਂ 2-3 ਵਾਰੀ ਮੈਂ ਸਰਪੰਚ ਹੁੰਦਾ ਵੀ ਇਸ ਮਾਮਲੇ 'ਚ ਗਿਆ ਸੀ। ਜਦੋਂ ਕਿ ਸਾਨੂੰ ਪਤਾ ਲੱਗਦਾ ਵੀ ਜਿਹੜਾ ਬੰਦਾ ਹੈ ਕੁੜੀ ਨੂੰ ਨਹੀਂ ਰੱਖਣਾ ਨਹੀਂ ਚਾਹੁੰਦਾ ਸੀ ਅਸਲ। ਕਿਉਂ ਨਹੀਂ ਰੱਖਣਾ ਚਾਹੁੰਦਾ? ਇੱਕ ਤਾਂ ਦਾਜ ਦੀ ਮੰਗ ਹੋਰ ਵੀ ਕਰਦੇ ਸੀ, ਇੱਕ ਕਿਸੇ ਹੋਰ ਕੁੜੀ ਨਾਲ ਵੀ ਉਹਦੀ ਜਿਹੜੇ ਸਰੀਰਕ ਸੰਬੰਧ ਸੀ ਨਹੀਂ ਆਈ ਚੱਲਦਾ ਸੀ ਬੰਦਾ। ਕਹਿੰਦਾ ਕਿ ਕ੍ਰਿਸ਼ਨ ਸਿੰਘ ਨੂੰ ਗਰੀਬ ਬੰਦਾ ਹੈ ਜਿਹੜਾ ਮਿਹਨਤ ਮਜ਼ਦੂਰੀ ਕਰਕੇ ਆਪਦੇ ਬੱਚੇ ਪਾਲਦਾ ਸੀ, ਜਿੰਨਾ ਕੁ ਦਾਜ ਦੀ ਸਮਰੱਥਾ ਸੀ ਇਹਨੇ ਆਪਦੀ ਕੁੜੀ ਦੇ ਵਿਆਹ 'ਤੇ ਉਨਾ ਪੈਸਾ ਵੀ ਲਾਇਆ ਸੀ, ਇਹਨਾਂ ਪਾਪਿਆਂ ਨੂੰ ਦਾਜ ਵੀ ਦਿੱਤਾ ਸੀ ਇਹਨੇ। ਤਾਂ ਇਹਨਾਂ ਦੇ ਖਿਲਾਫ਼ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਜੇਲ੍ਹ ਤੁੰਨਿਆ ਜਾਵੇ, ਕਿਉਂਕਿ ਕਿਸੇ ਹੋਰ ਧੀ ਭੈਣ ਦੇ ਨਾਲ ਕੱਲ੍ਹ ਨੂੰ ਇਹੋ ਜਿਹਾ ਜਿਹੜੀ ਜਾਇਜ਼ ਹੈ ਉਹ ਨਾ ਹੋਵੇ। ਹਾਂਜੀ, ਕੀ ਨਾਮ ਹੈ? ਮੇਰਾ ਨਾਮ ਹਰਜੀਤ ਸਿੰਘ ਹੈ ਜੀ, ਪਿੰਡ ਮੇਰਾ ਬੱਲੂਆਣਾ ਜੀ। ਮੇਰੇ ਪਿੰਡ ਦਾ ਜੋ ਕ੍ਰਿਸ਼ਨ ਸਿੰਘ ਸੀ ਉਹਦੀ ਬੇਟੀ ਲਾਲਬਾਈ ਵਿਆਹੀ ਸੀਗੀ ਜੀ, ਠੀਕ ਹੈ। ਅੱਜ ਬੜੀ ਮਦਭਾਗੀ ਘਟਨਾ ਉਹਨਾਂ ਨੇ ਮਤਲਬ ਕੀਤੀ ਹੈ ਜੀ, ਕੁੜੀ ਮਾਰ ਕੇ ਉਹਨਾਂ ਨੇ ਇੱਥੇ ਬਠਿੰਡੇ ਸਾਨੂੰ ਜਦੋਂ ਸਿਵਲ ਹਸਪਤਾਲ 'ਚ ਲੈ ਜਾਂਦੇ ਸਾਨੂੰ ਉਦੋਂ ਪਤਾ ਲੱਗਿਆ ਜੀ ਵੀ ਕੁੜੀ ਉਹਨਾਂ ਨੇ ਮਾਰਤੀ ਜੀ। ਮਾਰ ਕੇ ਸਾਨੂੰ ਕਿਸੇ ਹੋਰ ਤੋਂ ਪਤਾ ਲੱਗਿਆ ਜੀ, ਇਹ ਕੁੜੀ ਨੂੰ ਪਹਿਲਾਂ ਵੀ ਤੰਗ ਪਰੇਸ਼ਾਨ ਕਰਦੇ ਸੀ, ਕਈ ਵਾਰੀ ਪੰਚਾਇਤਾਂ ਵੀ ਹੋਈਆਂ, ਠੀਕ ਹੈ। ਅਤੇ ਉਦੋਂ ਕੋਈ ਮਾੜਾ ਮੋਟਾ ਵਿੱਚ ਪੈ ਕੇ ਬੰਦੇ ਇਹਨਾਂ ਦਾ ਰਾਜੀ ਬੰਦਾ ਕਰਵਾ ਦਿੰਦੇ ਸੀ, ਪਰ ਇਹ ਕੁੜੀ ਨੂੰ ਇਹਨਾਂ ਨੇ ਮਤਲਬ ਉਸੇ ਦਿਨ ਤੋਂ ਤੰਗ ਪਰੇਸ਼ਾਨੀ ਕਰਦੇ ਰਹੇ ਜੀ। ਕੁੜੀ ਨੇ ਕਈ ਵਾਰੀ ਆਪਦੇ ਪਿਓ ਨੂੰ ਵੀ ਕਿਹਾ, ਕੁੜੀ ਨੇ ਆਪਦੇ ਪਿਓ ਨੂੰ ਕਈ ਵਾਰੀ ਇਹ ਗੱਲ ਕਹੀ ਵੀ ਮੈਨੂੰ ਮਤਲਬ ਉਹ ਮਾਰ ਦੇਣਗੇ, ਤੁਸੀਂ ਮੈਨੂੰ ਡੈਡੀ ਉੱਥੇ ਨਾ ਭੇਜੋ। ਪਰ ਇਹ ਵੀ ਗਰੀਬ ਬੰਦੇ ਆ ਜੀ, ਆਪਦਾ ਦਿਹਾੜੀਦਾਰ ਬੰਦੇ ਆ, ਇਹ ਕਿਵੇਂ ਆਪਦਾ ਟਾਈਮ ਪਾਸ ਕਰਦੇ? ਚਲੋ ਇਹ ਫਿਰ ਵੀ ਆਪਦਾ ਮਤਲਬ ਇਹਨਾਂ ਨੂੰ ਸੀ ਵੀ ਚਲੋ ਕੁੜੀ ਉੱਥੇ ਵਸੇ, ਪਰ ਅੱਜ ਮਤਲਬ ਉਹਨਾਂ ਨੇ ਬਹੁਤ ਮਾੜੀ ਗੱਲ ਕੀਤੀ ਹੈ ਜੀ, ਜਿਹੜੀ ਇਹ ਕੁੜੀ ਨੂੰ ਮਾਰ ਕੇ ਉਹਨਾਂ ਨੇ ਇਹਦੀ ਜੀਵਨ ਲੀਲਾ ਖਤਮ ਕਰਤੀ ਜੀ। ਤੰਗ ਪਰੇਸ਼ਾਨ ਕਰਨ ਦਾ ਕੀ ਕਾਰਨ ਸੀ? ਤਾਂ ਇੱਕ ਪਰੇਸ਼ਾਨ ਕਰਨਾ, ਇੱਕ ਤਾਂ ਉਹ ਦਾਜ ਵਗੈਰਾ ਮੰਗਦੇ ਸੀ, ਇੱਕ ਮਤਲਬ ਉਹਦੇ ਕੋਈ ਮਤਲਬ ਪਤਾ ਲੱਗਿਆ ਜੀ ਸਾਨੂੰ ਤਾਂ ਪਰਿਵਾਰ ਤੋਂ ਵੀ ਉਹ ਮੁੰਡੇ ਦੇ ਰਿਲੇਸ਼ਨ ਵੀ ਕਿਸੇ ਹੋਰ ਨਾਲ ਆ, ਉਹ ਵੀ ਲੜਕੀ ਕੋਈ ਹੋਰ ਵੀ ਰੱਖੀ ਬੈਠਾ ਜੀ। ਅੱਜ ਇੱਕ ਸਾਨੂੰ ਟੈਲੀਫੋਨ PCR ਬਠਿੰਡੇ ਤੋਂ ਗਿਆ ਸੀ ਵੀ ਇਸ ਤਰ੍ਹਾਂ ਇੱਕ ਡੈੱਡ ਬੋਡੀ ਸਰਕਾਰੀ ਹਸਪਤਾਲ ਬਠਿੰਡਾ ਪਈ ਹੈ, ਕਾਰਵਾਈ ਕਰੋ। ਅਸੀਂ ਆਏ ਹਾਂ, ਉਹਨਾਂ ਦੇ ਫਾਦਰ ਸਾਹਿਬ ਦਾ ਬਿਆਨ ਲਿਆ, 4 ਬੰਦਿਆਂ ਦੇ ਖਿਲਾਫ਼ ਉਹ ਕਰਜ਼ਾ ਦਰਜ ਕਰਵਾਉਣਾ ਚਾਹੁੰਦੇ ਆ, ਲੜਕੀ ਦੇ ਘਰ ਵਾਲਾ, ਸਹੁਰਾ, ਦਿਓ ਅਤੇ ਸੱਸ। ਨਾਮ ਕੀ? ਲੜਕੀ ਦਾ ਨਾਮ ਬਲਵਿੰਦਰ ਕੌਰ ਆ, ਉਹਦੇ ਘਰ ਦਾ ਨਾਮ ਬਲਜਿੰਦਰ ਸਿੰਘ, ਸਹੁਰੇ ਦਾ ਸੁਖਦੇਵ ਸਿੰਘ, ਸੱਸ ਦਾ ਰੇਸ਼ਮਾ ਅਤੇ ਦਿਓਰ ਦਾ ਲਖਵਿੰਦਰ ਸਿੰਘ, ਜਿਹੜੀ ਲੱਖੀ। ਕਿੰਨੇ ਕੁ ਲੋਕਾਂ ਖਿਲਾਫ਼ ਮਾਮਲਾ? ਚਾਰ ਆਦਮੀਆਂ ਦੇ ਖਿਲਾਫ਼। ਜੋ ਇਹ ਕਿਹੜੀਆਂ ਧਾਰਾਵਾਂ ਦਾ ਨਾਲ? 300 ਹੈ ਜੀ, ਜੋ ਹੈਗੀ ਨਾ ਬਿਆਨ ਮੁਤਾਬਕ ਅਜੇ 300 ਆਈ ਸੀ ਬੰਦ ਆ। ਜੇ ਉਸ ਤੋਂ ਬਾਅਦ ਪੋਸਟਮਾਰਟਮ ਰਿਪੋਰਟ ਕੋਈ ਆਇਆ ਤਾਂ ਉਹਦੇ ਮੁਤਾਬਕ ਜਿਹੜਾ ਜੁਰਮ ਲਾਇਆ ਜਾਊ। ਲੜਕੀ ਦੇ ਜਿਹੜੇ ਫਾਦਰ ਆ ਜੀ, ਉਹਨਾਂ ਦਾ ਕਹਿਣਾ ਵੀ ਕੱਲ੍ਹ ਮਾਰ ਕੇ ਡੈੱਡ ਬੋਡੀ ਸੁੱਟੇ ਗਏ ਆ? ਨਹੀਂ, ਉਹ ਤਾਂ ਕਹਿੰਦੇ ਸਾਨੂੰ ਲੱਗਿਆ ਸਵੇਰੇ 8:30 ਵਜੇ ਪਤਾ। ਰਾਤ ਦੀ ਡੈੱਡ ਬੋਡੀ ਹੈ ਜੀ ਇੱਥੇ, ਨਾ ਉਹਨਾਂ ਦਾ ਕੋਈ ਮੌਜੂਦ ਹੈਗਾ ਇੱਥੇ ਡੈੱਡ ਬੋਡੀ ਛੱਡ ਕੇ ਕੌਣ? ਸਾਨੂੰ ਤਾਂ ਇਹੀ ਮਿਲੇ ਆ, ਜੇ ਅਸੀਂ ਇਹਨਾਂ ਨੇ ਸਾਨੂੰ ਜੋ ਬਿਆਨ ਲਿਖਾਇਆ ਉਹਦੇ ਮੁਤਾਬਕ ਅਸੀਂ ਲਿਖ ਰਹੇ ਹਾਂ। ਲੜਕੀ ਸਹੁਰੇ ਘਰ ਤੋਂ ਕੋਈ ਮਿਲਣ ਕੋਈ ਆਇਆ? ਸਹੁਰੇ ਘਰ ਤੋਂ ਸਾਨੂੰ ਅਜੇ ਕੋਈ ਨਹੀਂ ਮਿਲਿਆ, ਹਜੇ ਤਾਂ ਪੇਕਾ ਪਰਿਵਾਰ ਹੀ ਮਿਲਿਆ, ਉਹਨਾਂ ਮੁਤਾਬਕ ਅਸੀਂ ਕਾਰਵਾਈ ਕਰ ਰਹੇ ਹਾਂ। ਰਾਤ ਡੈੱਡ ਬੋਡੀ ਕੌਣ ਲੈ ਗਿਆ?
ਸਾਨੂੰ ਨਹੀਂ ਇਸ ਬਾਰੇ ਪਤਾ, ਸਾਨੂੰ ਤਾਂ ਪੀ ਸੀ ਆਰ ਤੋਂ ਮੈਸੇਜ ਹੀ ਗਿਆ, ਉਹਦੇ ਮੁਤਾਬਕ ਅਸੀਂ ਆਏ ਹਾਂ। ਲੜਕੀ ਦੇ ਫਾਦਰ ਦੇ ਮੁਤਾਬਕ ਜੀ ਉਹਦਾ ਕਤਲ ਕੀਤਾ ਗਿਆ ਉਹਦਾ? ਨਹੀਂ ਦੇਖੋ, ਵਿਆਹ ਨੂੰ 7 ਸਾਲ ਹੋ ਗਿਆ, ਜੇ ਕਤਲ ਕਰਨ ਵਾਲੀ ਗੱਲ ਹੁੰਦੀ ਤਾਂ ਪਹਿਲਾਂ ਹੁੰਦੀ। ਇੱਕ